ਰਾਤ ਇੱਕ ਘਟਨਾ ਹੋਈ ਹੈਗੀ, ਐਕਸੀਡੈਂਟ ਹੋਇਆ ਹੈਗਾ, ਕੀ ਕਾਰਨ ਹੋਇਆ ਐਕਸੀਡੈਂਟ ਦਾ ਜੀ? ਰਾਤ ਵਕਤ ਕਰੀਬ 12:15 ਦੇ ਕਰੀਬ ਇੱਕ ਜਿਹੜਾ ਟਰੱਕ ਹੈ ਬਠਿੰਡਾ ਨੰਬਰ ਦਾ, ਉਹ ਇੱਧਰੋਂ ਕੋਟਕਪੁਰਾ ਸਾਈਡ ਤੋਂ ਜਿਹੜਾ ਮੋਗੇ ਵੱਲ ਨੂੰ ਜਾ ਰਿਹਾ ਸੀ ਅਤੇ ਉਹ ਇੱਕ ਟਰਾਲੀ ਨੂੰ ਜਿਹੜਾ ਕ੍ਰੋਸ ਕਰ ਰਿਹਾ ਸੀ ਤਾਂ ਅੱਗੇ ਤੋਂ ਇੱਕ ਮੋਟਰਸਾਈਕਲ ਆ ਰਿਹਾ ਸੀ। ਸੋ ਮੋਟਰਸਾਈਕਲ ਨੂੰ ਜਿਹੜਾ ਸੰਦੀਪ ਨਾਂ ਦਾ ਵਿਅਕਤੀ ਜਿਹੜਾ ਚਲਾ ਰਿਹਾ ਸੀ, ਸੋ ਇੱਕ ਪਾਸੇ ਟਰਾਂਸਫਾਰਮਰ ਆ ਗਿਆ ਅਤੇ ਇੱਕ ਪਾਸੇ ਟਰੱਕ ਤੋਂ ਮੋਟਰਸਾਈਕਲ ਵਾਲੇ ਨੂੰ ਜਗ੍ਹਾ ਨਾ ਬਚਣ ਕਰਕੇ ਉਹ ਟਰੱਕ ਦੇ ਵਿੱਚ ਸਿੱਧਾ ਟਕਰਾ ਗਿਆ। ਉਹਦਾ ਐਕਸੀਡੈਂਟ ਹੋਣ ਕਾਰਨ ਉਹਨੂੰ ਐਡਮਿਟ ਕਰਾਇਆ ਗਿਆ ਮੋਗਾ ਹੋਸਪਿਟਲ, ਉਸ ਤੋਂ ਬਾਅਦ ਫਰੀਦਕੋਟ ਰੈਫਰ ਕੀਤਾ ਗਿਆ ਜਿੱਥੇ ਜਾ ਕੇ ਉਹ ਦਮ ਤੋੜ ਗਿਆ। ਐਕਸੀਡੈਂਟ ਹੋਣ ਕਾਰਨ ਉਸਦੀ ਮੌਤ ਹੋ ਗਈ ਅਤੇ ਇਸਦੇ ਜਿਹੜਾ ਅਸੀਂ ਟਰੱਕ ਹੈਗਾ ਮੌਕੇ ਤੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ FIR ਨੰਬਰ 79304 AIPC ਜਿਹੜੀ ਦਰਜ ਰਜਿਸਟਰ ਕਰ ਲਈ ਗਈ ਹੈ। ਡਰਾਈਵਰ ਜਿਹੜਾ ਗੱਡੀ ਦਾ ਉਹ ਫਰਾਰ ਹੋ ਚੁੱਕਿਆ, ਉਹਨੂੰ ਜਲਦੀ ਫੜ ਲਿਆ ਜਾਵੇਗਾ ਅਤੇ ਟਰੱਕ ਨੂੰ ਥਾਣੇ ਲਿਆ ਕੇ ਅਸੀਂ ਉਹਦੇ ਜਿਹੜੀ ਅਗਲੀ ਬਣਦੀ ਕਾਰਵਾਈ ਕਰ ਰਹੇ ਹਾਂ ਤੇ ਜਿਹੜਾ ਮ੍ਰਿਤਕ ਹੈਗਾ ਉਹਦਾ ਪੋਸਟਮਾਰਟਮ ਹੋ ਰਿਹਾ। ਸਰ ਮੋਟਰਸਾਈਕਲ ਤੇ ਕਿੰਨੇ ਲੋਕ ਸਵਾਰ ਸਨ ਔਰ ਕਿੱਥੋਂ ਦੇ ਰਹਿਣ ਵਾਲੇ ਸਨ? ਮੋਟਰਸਾਈਕਲ ਦੇ ਉੱਪਰ 2 ਲੋਕ ਸਵਾਰ ਸਨ, ਇੱਕ ਤਾਂ ਜੋ ਮੇਨ ਸੰਦੀਪ ਸਿੰਘ ਸੀਗਾ ਬਾਘਾ ਪੁਰਾਣਾ ਦਾ ਰਹਿਣ ਵਾਲਾ ਸੀ ਅਤੇ ਇੱਕ ਮੁੰਡਾ ਸੁਖਵਿੰਦਰ ਸਿੰਘ ਜਿਹੜਾ ਕੋਟਲਾ ਰਾਇਕਾ ਦਾ ਰਹਿਣ ਵਾਲਾ ਸੀ, ਉਸਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਉਸਨੇ ਹੀ ਜਿਹੜੀ ਵਾਰਤਾ ਸਾਰੀ ਸਾਨੂੰ ਦੱਸੀ ਹੈ ਕਿ ਇਸ ਇਸ ਤਰੀਕੇ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ। ਸਰ ਕੋਈ CCTV ਕੈਮਰਾ ਵੀ ਉੱਥੇ ਹੈ ਸਾਹਮਣੇ? CCTV ਕੈਮਰਾ ਨਹੀਂ ਉੱਥੇ ਅੱਜ ਤੱਕ ਕੋਈ ਪ੍ਰੋਵਾਈਡ ਹੋ ਸਕਿਆ ਕਿਉਂਕਿ ਉੱਥੇ ਖਾਲੀ ਪਲੋਟ ਕਾਫੀ ਲੰਮੀ ਦੂਰੀ ਤੱਕ ਚੱਲ ਰਿਹਾ, ਦੁਕਾਨਾਂ ਦੋਨੇ ਪਾਸੇ ਹਨ ਪਰ ਉਹ ਪਿੱਛੇ ਹਨ। ਕਿੰਨੀ ਏਜ ਸੀ ਜਿਸ ਲੜਕੇ ਦੀ ਮੌਤ ਹੋਈ? ਸਰ ਜਿਹੜਾ ਮਰਨ ਵਾਲਾ ਮੁੰਡਾ ਹੈਗਾ ਇਹਦੀ ਉਮਰ 31 ਸਾਲ ਦੱਸੀ ਜਾਂਦੀ ਹੈ ਤੇ ਇਹ ਅਨਮੈਰਿਡ ਹੈ।